मेरी गल सुन, तू सुते सुते किधर? ते मैं रात दी बैठी हुई थी, ते हुण सवेरे पहुंच गई इत्थे आण के। मैं तैनूं किन्नी वारी आख्या रात ना तुरिया कर, कल्ली आ तू। मैं महीने ना पखंड करिया करो, मैनूं कोई खाज लाव। मैं फोन कर दिंदी, मैं तेरे प्यो नूं कला दिंनी। ओ जा उपरां। चल दस मेरे पोते ने की खाणा। खाणा पीणा तां मम्मी मैं कुछ नहीं हैगा, इक मैनूं वधिया जी चाह बणा के पिया दो। चल मैं लिआउणी आ। ले पुत मेरा आ गया। सासीकाल डैडी जी। सासीकाल। पुत सुखती आ जा गया। ਉਹ ਫਿਰ ਮੈਨੂੰ ਬੱਸ ਮਿਲ ਗਈ ਸੀ ਰਾਤੀ ਟਾਈਮ ਨਾਲ ਹੀ, ਤਾਂ ਮੈਂ ਆ ਗਈ ਸੀ। ਤਾਂ ਪਰ ਫੋਨ ਕਰ ਦੇਣਾ, ਮੈਂ ਲੈ ਆਉਂਦਾ ਗਾੜੀ ਨੂੰ ਜਾ ਕੇ। ਉਹ ਡੈਡੀ ਬੱਸ ਕਰੋ, ਅੱਗੇ ਮੰਮੀ ਨੇ ਮੇਰਾ ਸਿਰ ਖਾ ਲਿਆ ਸੀ, ਤਾਂ ਕਹਿ ਕਿ ਹੁਣ ਤੁਸੀਂ ਸ਼ੁਰੂ ਹੋ ਗਏ ਜੇ, ਇਸੇ ਕਰਕੇ ਨਹੀਂ ਮੇਰਾ ਦਿਲ ਕਰਦਾ ਇੱਥੇ ਆਉਣ ਨੂੰ। ਕੋ ਪੁੱਤ ਜਮਾਨਾ ਨਹੀਂ ਗਾ, ਚੰਗਾ ਫਿਕਰ ਹੁੰਦਾ ਵਾ। ਕੋਈ ਨਹੀਂ, ਜਮਾਨੇ ਨੂੰ ਕੁਛ ਨਹੀਂ ਹੁੰਦਾ। ਮੇਰੀ ਗੱਲ ਸੁਣ, ਆ ਕੁੜੀ ਨੇ ਕੋਈ ਸਮਝਾ, ਜਿਹੋ ਜੀ ਕਰਦਾ ਮੂੰਹ ਚੁੱਕੇ ਆ ਜਾਂਦੀ, ਨਾ ਫੋਨ ਕਰਦੀ ਆ, ਹਨੇਰੇ ਸਵੇਰੇ ਤੁਰ ਪੈਂਦੀ ਜਿਹੋ ਜੀ ਕਰਦਾ। ਨਹੀਂ ਹੁਣ ਉਹ ਸਿਆਣੀ ਹੋਈ ਆ, ਉਹ ਕਹਿੰਦੀ ਕੋਈ ਗੱਲ ਨੀ ਮੰਮੀ, ਮੈਨੂੰ ਕੋਈ ਰਾਜ ਖਾ ਨਹੀਂ ਚੱਲਿਆ, ਮੈਂ ਆਪੇ ਆ ਜਾ ਕਰੂੰਗੀ। ਨਾਲੇ ਤੁਹਾਨੂੰ ਪਤਾ ਤੁਹਾਨੂੰ ਆਪਣੀ ਧੀ ਤੇ ਭਰੋਸਾ ਨਹੀਂ ਹੈਗਾ। ਉਹ ਭਰੋਸਾ ਤੇ ਹੈਗਾ ਵਾ, ਸਮਾਂ ਨੀ ਗਾ ਚੰਗਾ, ਨਾਲੇ ਕੁੰਡੀ ਕਿਦਾਂ। ਮੈਂ ਤੁਸੀਂ ਵੀ ਊਟ ਪਟਾਂਗ ਸਵਾਲ ਨਾ ਕਰਿਆ ਕਰੋ ਯਾਰ, ਮੇਰਾ ਆਪੇ ਚੰਗਾ। ਮੈਂ ਨਿਆਣੇ ਇੱਦਾਂ ਬੋਲਣ ਗਏ ਜਿਹਦੇ ਗਾੜੀ ਬੋਲਣ ਗਏ ਜੇ, ਤੇ ਨਾਲੇ ਉਹਨੂੰ ਸਮਝਾ ਥੋੜਾ ਜਿਹਾ ਤਵਾੜੇ ਚੜ ਗਏ ਆਣ ਕੇ। ਨਹੀਂ ਦੁਆਲੇ ਚੜ੍ਹਾ ਕੇ ਹੁਣ ਦੂਜੀ ਦਾ ਤੂੰ ਸਾਹ ਪੀਤਾ, ਇਹਨੂੰ ਤੂੰ ਭੂਏ ਕਰੀ ਜਾਂਦੇ ਦਿਨੋਂ ਦਿਨ। ਜਦੋਂ ਨਿਆਣੇ ਪੜ੍ਹ ਲਿਖ ਜਾਣ ਇੰਨਾ ਕੁ ਕਰਦੇ ਹੁੰਦੇ ਆ, ਤਾਂ ਤੁਸੀਂ ਫਿਰ ਕਦੀ ਵੇਖਿਆ ਨੀ, ਤਾਂ ਤੁਹਾਨੂੰ ਲੱਗਦਾ ਨਾ। ਮੈਂ ਵੇਖਿਆ ਇੱਥੇ ਬਸ ਪੱਠੇ ਵੱਢ ਲਏ ਤੇ ਪਾ ਲਏ, ਹੋਰ ਤੇ ਕਿਤੇ ਨਿਕਲੇ ਨੀ ਬਾਹਰ। ਤੈਨੂੰ ਤਾਂ ਮੱਥਾ ਮਾਰਨਾ ਨਾ, ਬੰਦਾ ਕੰਧ ਦਾ ਸਿਰ ਮਾਰ ਦੇ ਉਹ ਚੰਗਾ ਜੀ। ਚੱਲ ਮੇਰੀ ਧੀ ਹੁਣ ਇੱਕ ਦੋ ਦਿਨ ਆਈ ਆ, ਅਤੇ ਆਪਾਂ ਬਹਿ ਕੇ ਗੱਲਾਂ ਬਾਤਾਂ ਕਰਾਂਗੇ। ਹੈ ਮੰਮੀ, ਮੈਂ ਗੱਲਾਂ ਬਾਤਾਂ ਨਹੀਂ ਕਰਨਾ ਜੀ, ਮੈਂ ਭੂਆ ਨੂੰ ਫੋਨ ਕੀਤਾ ਸੀ ਅਤੇ ਮੈਂ ਭੂਆ ਕੋਲ ਜਾਣਾ ਅੱਜ, ਅਤੇ ਤਾਂ ਇੱਕ ਦੋ ਦਿਨ ਰਹਿ ਲੈਂਦੀ। ਮੈਂ ਨਹੀਂ ਇੱਥੇ ਰਹਿਣਾ ਹੈਗਾ, ਤੁਸੀਂ ਮੈਨੂੰ ਇਹ ਦੱਸੋ ਡੈਡੀ ਨੇ ਕਦੋਂ ਆਉਣਾ। ਬਸ ਆਉਣ ਹੀ ਵਾਲੇ ਆ। ਬਸ ਮੈਂ ਭੂਆ ਕੋਲ ਚੱਲ ਜਾਣਾ ਅੱਜ। ਉੱਥੋਂ ਤਿਆਰੀ ਕਰਕੇ ਆਈ? ਅਤੇ ਮੈਂ ਉੱਥੋਂ ਫੋਨ ਕਰਕੇ ਆਈ ਸੀ ਭੂਆ ਨੂੰ। ਚੰਗਾ ਭੈਣਾ, ਚੱਲ ਜਾ, ਮਾਂ ਲੱਗੇ ਨਾ ਰਹੀ ਘੜੀ। ਚੰਗਾ ਮੰਮੀ, ਤੁਸੀਂ ਹਰ ਵੇਲੇ ਗੁੱਸੇ ਜਿਹੀ ਕਿਉਂ ਰਹਿੰਦੇ ਆ? ਮੰਮੀ ਤੇ ਨਾ ਹਰ ਵੇਲੇ ਚਿੜਚਿੜੀ ਕਰਦੇ ਰਹਿੰਦੇ ਆ। ਤੂੰ ਕੀ ਮੈਨੀ ਮੇਰੇ ਵੱਲ, ਆਪਣਾ ਕੰਮ ਕਰ। ਕਿੱਦਾਂ ਸਵਾਦ ਲੈਣ ਡੀ ਆ ਗੱਲਾਂ ਦਾ? ਮੈਨੂੰ ਪਹਿਲਾਂ ਪਤਾ ਸੀ ਤੇਰੀ ਨੀਂਦ ਦਾ, ਤੂੰ ਕੁਛ ਨਾ ਕੁਛ ਨਵਾਂ ਸੁਨੇਹਾ ਲੈ ਕੇ ਆਉਣਾ ਮੇਰੇ ਜੋਗਾ। ਤੈਨੂੰ ਅੱਗੇ ਨਹੀਂ ਪਤਾ ਵੀ ਤੂੰ ਮੈਂ ਤੈਨੂੰ ਕਿੰਨਾ ਕੁ ਘਲਾਉਂਦੀ ਹੁੰਦੀ ਆ, ਕੰਮ ਤੇਰੇ ਬਾਅਦ ਚ ਪਿਓ ਨੇ ਕਰਨੇ ਆ। ਕੁੜੀ ਨੇ ਜਦੋਂ ਕਿਤੇ ਜਾਣਾ ਹੁੰਦਾ ਤੈਨੂੰ ਪਹਿਲਾਂ ਸੜਾ ਪੈ ਜਾਂਦਾ ਵਾ ਉਹਦੇ ਜਾਣ ਦਾ, ਨਾਲੇ ਤਿਆਰ ਹੋ ਕੇ ਤੂੰ ਵੀ ਤੁਰ ਪਾ। ਚੰਗਾ ਮੈਂ ਕੱਪੜੇ ਧੋ ਜਾਂਦੀ ਆ। ਕਿੱਦਾਂ ਚਾਚੇ ਨੂੰ ਮੰਗਾਰਾ ਡਈ ਪਾਉਣ? ਨਹੀਂ ਹੁਣ ਇੱਥੇ ਮੇਰਾ ਖਲੋ ਕੇ ਮੂੰਹ ਵੇਖੇ ਜਾਣਾ ਵਾ, ਕੀ ਕੋ ਹਾਂ ਕਰ ਦੂਗੀ? ਜਾ ਕੇ ਕੱਪੜੇ ਧੋ। ਫੇਰ ਉਹ ਗੱਲ।
ਰਹਿ ਗਈ ਆ ਹੋ ਗਈ ਵੇਲੀ ਧੋਤੇ ਕੱਪੜੇ ਡੰਗਰਾਂ ਨੂੰ ਪਾਣੀ ਡਾਉਣ ਵਾਲਾ ਵਾ ਉਹ ਹੈ ਨਹੀਂ ਤੇ ਰਹੇ ਜਲਾ ਜੇ ਇੱਥੇ ਜਾ ਕੇ ਤੇ ਪਾਣੀ ਡਾ ਲਾ नहीं कुड़िए मेरा दवाइयों वाला डब्बा लिया फड़ के हुण इदां कर चाह बना के लिया कड़ाकेदार चंगा मेरा सिर बड़ा दुखण डिया वा ते चंगी बना के लियाई कड़ाकेदार ते जे पंगल पानी है ते सिर च पा देनी मैं नहीं इनू इतने रखा वा चाची जी मेरा आ वेखो सूट पाट गया सारा ही नहीं मैं तेरे वाल कल दी वेखण ली आ सूट तू नवा पा के बैठी हाँ घर रोज नवे सूट नहीं वेखो बना के दिते जाते इनू तोपा ला ते इनू पा इनू तू रद्दी करके सुटिया वा हुणे हजे इन्हें चार साल हंडना वा मैं इनू तोपा लाउण वास्ते ही लैके आई ही कढ के बाहर लाउण लगी तो माड़ा जे उधड़ जांदा ते तू नवे कढ कढ पा लैनी आ मेरे को नहीं होर बना के दे मेरी माँ होंगी तो मैनू कहती कि धीया कोई नहीं तेन वन सुवन्ने सूट बना के दया करूंगी रब्बा खेड़ा वैर कड़िया क्यों मेरे मां प्यो नू लैके आऊं सारा कसूर तेरा वा एवं मुंडे दवाले करा दूंगी मैनू जाके हूं अग बाल ला कि ओ भी हूं तेरे तेल चोवा गाड़ी बलजीत पटवारी मिल पे मैनू तो मैं शेर शीर काम करा वहां परस फड़ा मेरा मैं पैसे थोड़े कुछ काली बड़ी है नहीं वो पता मैं मुड़के निकल जाएगी पासी
ਕੀ ਹਾਲ ਜੀ ਬਾਜੀ ਵਧੀਆ ਵਧੀਆ ਜੀ ਜਾਣਾ ਜੇ ਕਿੱਥੇ ਜਾਣਾ ਤੁਸੀਂ ਮੈਂ ਤਾਂ ਡੈਡੀ ਜਾਣਾ ਆ ਜਾਓ ਬਹਿ ਜਾਓ ਬਹਿ ਜਾਓ जमीन की रोड चाहिए सारा कुछ मेरे चाचे ताए थोड़ी खराबियां करते ही मेरे डैडी नहीं है तो फिर तुहानू पता ही आ जमीना पिछे फिर कई कुछ हो जाता तो मैं फिर अपनी माता को यो गल कही भी मम्मी लड़न जोगे अं नहीं है ये चंगा जड़ियां मतलब चार मरले आदियां वेच के वक्रे रह जाइए इतने मेहनत करके खा लाँगे है ना तो लड़ाई झगड़िया ने की रखिया इस करके अं उ फिर पैली वेच के जी नहीं क्या इतने आगे अपना घर ले लिया अपना हाँ जी बाकी हूँ नहीं लभन काम कार हाँ जी बाकी वाहेगुरू की कृपा वा नशा पता नहीं करीदा कोई भी चलो तो चलो बाकी जो वाहेगुरू नू भावे चलो हाँ जी ठीक है बहुत वधिया चंगा जी चंगा आ गए जी हाँ आ गए तू ही थे आज तो हाई थोड़ी हाथ लगा के मोड़ आए हमने और निकल जाए तो काम ही ਉਹ ਨਾਲੇ ਰਾਹ ਜਾਂਦੇ ਮੈਨੂੰ ਮੁੰਡਾ ਟੱਕਰ ਪਿਆ ਮੈਂ ਉਹਨਾਂ ਬਹਿ ਗਿਆ ਨਹੀਂ ਤੇ ਐਵੇਂ ਕਿਹਦੇ ਮੋਟਰਸਾਈਕਲ ਤੇ ਬਹਿ ਜਾਈਦਾ ਵੀ ਦਵਾ ਉਹ ਐਵੇਂ ਕੀ ਬਹਿਣਾ ਸੀ ਆ ਨਾਲ ਦੇ ਪਿੰਡੋਂ ਸੀ ਮੁੰਡਾ ਬੜਾ ਵਧੀਆ ਸੀਗਾ ਮੈਨੂੰ ਉਹਦੀਆਂ ਗੱਲਾਂ ਤੋਂ ਲੱਗਾ ਬਹੁਤ ਵਧੀਆ ਸੁਲਝਿਆ ਹੋਇਆ ਮੁੰਡਾ ਸੀ ਕੀ ਉਹਦੇ ਚ ਤੁਹਾਨੂੰ ਖਾਸ ਲੱਗਾ ਮੈਂ ਤੇ ਕੋਈ ਖਾਸ ਲੱਗਾ ਨਹੀਂ ਉਹ ਖਾਸ ਇਹੋ ਹੀ ਗੱਲ ਸੀ ਪਿੱਛੋਂ ਜਲੰਧਰ ਤੋਂ ਨੇ ਅੱਛਾ ਤੇ ਆਪਣੇ ਨਾਲ ਦੇ ਪਿੰਡ ਉਹਨੇ ਜਿਵੇਂ ਘਰ ਖਰੀਦਿਆ ਤੇ ਜ਼ਮੀਨ ਖਰੀਦੀ ਥੋੜੀ ਜੀ एक है साब सूरत मुंडा गल बड़िया सियानिया करता है थोड़ा तो मैं कम धंधा डे लभन इसे भी छेती विश्वास मैं ता किता मैं वेख्या सबर जिन्हें अपना उतो सारा कुछ वेच वट के अपनी माँ के नाल इत आन के रहा पाया नहीं अजकल न्याणे अग च वलेटे झट लड़ पे निगिया गलों तू पर इस गल वाल नहीं गया उन्हें अपना मौका सामभिया जाओ बाबा ता नहीं कुछ भी हो सकता ਤੁਹਾਡਾ ਤੇ ਉਹ ਹਾਲ ਵਾ ਜਿਹਨੇ ਲਾਈ ਗੱਲੀ ਤੇ ਉਹਦੇ ਨਾਲ ਉੱਠ ਚੱਲੀ ਲੈਵਾ ਰੋਟੀ ਪਾਣੀ ਹੁਣ ਕੁਛ ਜਾ ਲਿਆ ਉਹਦੀ ਸਿਫਤਾਂ ਖਤਮ ਹੋ ਗਈਆਂ ਹੁਣ ਤੇ ਉਹ ਜਾ ਲਿਆ ਆਓ ਸੁਣਾ ਠੀਕ ਠਾਕ ਠੀਕ ਠਾਕ ਆਪਣੇ ਦੱਸੋ ਤੁਸੀਂ ਵਧੀਆ ਆਜੋ ਹੋਰ ਠੀਕ ਠਾਕ मैनूं ना एक पर्ची चाहिदी सी गन्ना सलाउणा सी ते हां जी तुहाडी वाह वाह मतलब मेरे दे विच चलदी चुलदी पता लगा मैनूं ओह भाजी चलदी ते हैगी तुहानूं पता नूं स्टाफ दा बंदा जिहड़ा मेन सी इहनां दा इंचार्ज ओह बदल गया वा ठीक है जी ਉਹ ਨਵਾਂ ਬੰਦਾ ਆਇਆ ਉਹਦੇ ਲਾਤੀ ਲਾਉਂਦਾ ਪਰਤੀ ਦੀ ਤੇ ਮੈਂ ਵੇਖਣਾ ਮੇਰੇ ਇੱਧਰ ਸਾਰੇ ਗੰਨਾ ਖਲੋਤਾ ਅਜੇ ਮੈਨੂੰ ਘੱਟ ਤੋਂ ਘੱਟ ਦੱਸ ਦੇਣਗੇ ਗੰਨਾ ਚਲਾਈ ਨੂੰ ਚਲੋ ਕੋਈ ਗੱਲ ਨਹੀਂ ਚਲੋ ਠੀਕ ਹੈ ਭਾਜੀ ਚੱਲਦਾ ਫਿਰ ਉਹ ਬਹਿ ਜਾਓ ਕੀ ਹੋ ਗਿਆ ਜੇ ਪਰਤੀ ਨਹੀਂ ਮਿਲੀ ਜੇ ਚਾਹ ਪੀਣ ਤੋਂ ਬਿਨਾਂ ਥੋੜੀ ਜਾਣਾ ਵਾ ਪਰਤੀ ਦਾ ਵੀ ਕੋਈ ਨਾ ਕੋਈ ਜਗਾੜ ਲਾ ਲੈਣੇ ਆ ਚਲੋ ਠੀਕ ਹੈ ਸੰਦੀਪ ਪੁੱਤ ਬੇਟਾ ਚਾਹ ਲੈ ਦੋ ਕੱਪ ਬਣਾ ਕੇ ਹਾਂਜੀ ਚਾਚਾ ਜੀ ਲਿਆਉਣੀ ਆ ਹਲੋ ਭਾਜੀ ਖੈਰ ਪਰਚੀ ਦੀ ਗੱਲ ਤੇ ਛੱਡੋ ਤੁਸੀਂ ਭਾਜੀ ਆਪਣੇ ਗੁੱਡੀ ਨੂੰ ਬਚਪਨ ਤੋਂ ਵੇਂਦੇ ਆਉਂਦੇ ਆ ਆਪਾਂ ਤੇ ਕੰਮਕਾਰ ਬਥੇਰਾ ਕਰਦੀ ਆ ਤੇ ਉਹਦਾ ਵੀ ਕੁੜੀ ਹੋਣਹਾਰ ਆਪਣੀ ਆਪਣੇ ਵੀਰ ਜੀ ਇੱਕ ਹੱਥ 'ਚ ਰਿਸ਼ਤਾ ਵਾ ਤੇ ਜੇ ਕਹੋ ਤੇ ਆਪਾਂ ਗੱਲਬਾਤ ਕਰੀਏ ਫਿਰ ਲਓ ਭਾਜੀ ਨੇਕੀ ਔਰ ਪੂਛ ਪੂਛ ਜੇ ਕੋਈ ਚੰਗਾ ਕਰ ਦੱਸੋ ਭਾਜੀ ਮੁੰਡਾ ਬਹੁਤ ਹੋਣਹਾਰ ਆ ਤੇ ਪੁਲਿਸ ਦੇ ਵਿੱਚ ਆ ਠੀਕ ਹਾਂਜੀ ਪੰਜਾਬ ਪੁਲਿਸ ਵਿੱਚ ਆ ਤੇ ਹੁਣ ਹੋ ਸਕਦਾ ਵਾ ਮਤਲਬ ਪੱਕਾ ਵੀ ਹੋ ਜੇ ਉਹਨਾਂ ਦੇ ਕੱਚਿਆਂ ਦੇ ਵਿੱਚ ਹੀ ਆ ਠੀਕ ਹਾਂਜੀ
ਤੇ ਬਾਕੀ ਇਹ ਘਰ ਦੇ ਵਿੱਚ ਮਾਂ ਪੋਤੀ ਨੇ ਠੀਕ ਹਾਂਜੀ ਤੇ ਬਾਕੀ ਦੋ ਚਾਰ ਕਿੱਲੇ ਪੈਲੀ ਵੀ ਹੁੰਦੀ ਆ ਠੀਕ ਕੋਠੀ ਕਾਠੀ ਬਣੀ ਆ ਸੋਹਣਾ ਘਰ ਬਣਿਆ ਵਾ ਹਾਂਜੀ ਚਲੋ ਵੇਖੋ ਜੇ ਤੁਸੀਂ ਤੁਹਾਨੂੰ ਚੰਗਾ ਲੱਗਦਾ ਜੀ ਚਲੋ ਠੀਕ ਆ ਕਰੋ ਗੱਲਬਾਤ ਤੁਸੀਂ ਕਰ ਦਿੰਦੇ ਕੋਈ ਗੱਲ ਨਹੀਂ ਭਾਜੀ संदीप दे रिश्ते दी गल करदे सी आंदा मुंडा पंजाब पुलिस च वा मां पोती ने ते जमीन भी दो तीन किले आउंदी आ ते मुंडा सोहना सनखा वा ਅਤੇ ਆਂਦਾ ਜੇ ਤੁਸੀਂ ਆਖੋ ਨਾ ਮੈਂ ਗੱਲ ਚਲਾਉਣਾ ਤਾਂ ਮੈਂ ਚਲਾ ਦੂ ਚੰਗਾ ਲੱਗੂ ਤਾਂ ਕਰ ਲਾਂਗੇ ਉਹ ਬੜੀ ਮਿਹਨਤ ਕੀਤੀ ਕੁੜੀ ਨੇ ਮਗਰਲੀ ਜ਼ਿੰਦਗੀ ਸੌਖੀ ਕੱਟੀ ਜਾਊਗੀ ਮੈਂ ਕੋਈ ਨਹੀਂ ਤੁਸੀਂ ਕਰੋ ਰਿਸ਼ਤੇ ਦੀ ਗੱਲ ਚੰਗਾ ਵਧ ਕਰ ਲਾਂਗੇ ਪੈਲੀ ਵੀ ਆਉਂਦੀ ਆ ਅਤੇ ਮੁੰਡਾ ਵੀ ਪੁਲਿਸ 'ਚ ਆ ਅਤੇ ਇਹਨੂੰ ਮੈਂ ਰਿਸ਼ਤਾ ਕਰਾ ਦਾਂ ਕਲੈਣੀ ਜੀ ਨੂੰ ਇੱਥੇ ਤਾਂ ਜਾਊਗੀ ਮੇਰੀ ਧੀ ਮੇਰੀ ਧੀ ਜਾ ਕੇ ਰਾਜ ਕਰੂਗੀ ਇੱਦਾਂ ਕਿੱਦਾਂ ਇੱਥੇ ਤਾਂ ਮੇਰੀ ਕੁੜੀ ਜਾਊਗੀ ਕਿਉਂ ਪ੍ਰੀਤ ਜਾਊ ਮੇਰੀ